ਲੈ ਦੇ ਮੈਨੂੰ ਸੋਹਣਿਆ ਸ਼ਰਾਰਾ ਵੇ ਲੱਗਦਾ ਏ ਮੈਨੂੰ ਬੜਾ ਪਿਆਰਾ ਲੈ ਦੇ ਮੈਨੂੰ ਸੋਹਣਿਆ ਸ਼ਰਾਰਾ ਇਕੁਐਲਿਟੀ ਦਾ ਮੀਨਿੰਗ ਤਾਂ ਇਹੀ ਹੈ ਕਿ ਪਹਿਲੀ ਗੱਲ ਆਪਾਂ ਕਿਸੇ ਨੂੰ ਮਜਬੂਰ ਨਾ ਕਰੀਏ ਕੋਈ ਡਿਸੀਜ਼ਨ ਲੈਣ 'ਤੇ ਸੋ ਬਾਉਂਡੇਸ਼ਨ ਨਾ ਲਾਈਏ ਉਹਨਾਂ ਦੀ ਪਰਸਨਲ ਲਾਈਫ 'ਤੇ ਕਿ ਨਹੀਂ ਇੱਦਾਂ ਹੀ ਜਿਉਣਾ ਇਹੀ ਨੋਰਮਸ ਨੇ ਸੋ ਸਭ ਦੀ ਆਪਣੀ ਆਪਣੀ ਜ਼ਿੰਦਗੀ ਆ ਆਪਣੀ ਆਪਣੀ ਜ਼ਿੰਦਗੀ ਨੂੰ ਆਪਣੇ ਆਪਣੇ ਢੰਗ ਨਾਲ ਜਿਉਣ ਦਾ ਸਭ ਨੂੰ ਹੱਕ ਹੈ ਅਤੇ ਪਰਮਾਤਮਾ ਵੱਲੋਂ ਦਿੱਤਾ ਗਿਆ ਜੀ ਆਪਾਂ ਕੌਣ ਹੁੰਦੇ ਹਾਂ ਅਤੇ ਬਾਉਂਡੇਸ਼ਨ ਲਾਉਣ ਵਾਲੇ ਸੋ ਇਕੁਐਲਿਟੀ ਇਹੀ ਹੈ ਕਿ ਸਭ ਨੂੰ ਜਿਉਣ ਦੀ ਆਜ਼ਾਦੀ ਹੋਵੇ ਇਹ ਚੀਜ਼ ਸੀਗੀ ਦੁਨੀਆ 'ਤੇ ਤਾਂ ਹੀ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਫਲਸਫੇ ਦੇ ਕੇ ਦੱਸਿਆ ਕਿ ਵਿਮੈਨ ਦੀ ਜਿਹੜੀ ਹੈਗੀ ਹੈ ਤਵੱਜੋ ਉਹ ਬਰਾਬਰ ਦੀ ਹੋਣੀ ਚਾਹੀਦੀ ਹੈ ਇਸ ਪੱਖ ਤੋਂ ਤਾਂ ਸਮਾਜ ਦੇ ਵਿੱਚ ਕਾਫੀ ਸੁਧਾਰ ਹੋਇਆ ਸੋ ਹੁਣ ਤਾਂ ਕੋਈ ਇਹੋ ਜਿਹੀ ਗੱਲ ਰਹੀ ਨਹੀਂ ਜੇ ਰਹੀ ਵੀ ਹੈਗੀ ਹੈ ਤਾਂ ਉਹ ਚੀਜ਼ਾਂ ਅਵੇਅਰਨੈਸ ਨਾਲ ਦੂਰ ਹੁੰਦੀਆਂ ਜਾ ਰਹੀਆਂ ਨੇ ਨਰਵਸਨੈਸ ਜ਼ਰੂਰ ਸੀ ਕਿ ਹੁੰਦਾ ਹੀ ਹੈ ਕਿਉਂਕਿ ਪਹਿਲਾਂ ਮਤਲਬ ਜੇ ਤੁਹਾਡਾ ਪ੍ਰੋਜੈਕਟ ਹੈ ਸੋ ਉਹ ਨਰਵਸਨੈਸ ਨੇ ਤਿਆਰੀ ਕਰਵਾਤੀ ਕਿ ਮੈਂ ਪੂਰੀ ਤਿਆਰੀ ਕਰਕੇ ਇਸ ਸ਼ੂਟ 'ਤੇ ਪਹੁੰਚਿਆ ਡਾਇਰੈਕਟਰ ਸਰ ਨਾਲ ਸੈਟਿੰਗਸ ਲੱਗੀਆਂ ਸਾਡੀਆਂ ਵਰਕਸ਼ਾਪਸ ਲੱਗੀਆਂ ਕਮੀਆਂ ਰਹਿ ਜਾਂਦੀਆਂ ਨੇ ਪਹਿਲਾ ਪ੍ਰੋਜੈਕਟ ਹੈ ਆਪਾਂ ਇਸ ਚੀਜ਼ ਦੇ ਮਾਸਟਰ ਨਹੀਂ ਹੁੰਦੇ ਪਰ ਪਤਾ ਨਹੀਂ ਮੇਰੇ ਗਾਣੇ ਸਟੋਰੀ ਬੇਸਡ ਹੁੰਦੇ ਨੇ ਜ਼ਿਆਦਾ ਸੋ ਮੈਨੂੰ ਉਨਾ ਦਿਨ ਰਾਤ ਵਾਲਾ ਫਰਕ ਵੀ ਨਹੀਂ ਲੱਗਿਆ ਕਿ ਇਹ ਬਹੁਤ ਹੀ ਆਊਟ ਆਫ ਫੀਲਡ ਹੈ ਜਾਂ ਇਹ ਇੰਨਾ ਮੇਰੇ ਲਈ ਡਿਫੀਕਲਟ ਹੈ ਕਿ ਮੈਂ ਇਹ ਕਰ ਨਹੀਂ ਸਕਦਾ ਸੀ ਮੈਨੂੰ ਬੜੀ ਮਿਹਨਤ ਕਰਕੇ ਅਤੇ ਇੱਦਾਂ ਕਰਨਾ ਪਿਆ ਸੋ ਇੱਦਾਂ ਦਾ ਕੁਛ ਨਹੀਂ ਲੱਗਿਆ ਮੈਨੂੰ ਬੜਾ ਸਮੂਥ ਲੱਗਿਆ ਕਿ ਹਾਂਜੀ ਡਿਫਰੈਂਟ ਹੈ ਬਟ ਜਿਹੜੀ ਉਹ ਨਰਵਸਨੈਸ ਹੀ ਸੀ ਬਸ ਪ੍ਰੈਕਟੀਕਲੀ ਉੱਦਾਂ ਕੁਛ ਨਹੀਂ ਲੱਗਿਆ ਹਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ ਮੇਰੀਆਂ ਕੁਛ ਇਹੀ ਸ਼ਰਤਾਂ ਸੀ ਕਿ ਡਾਇਰੈਕਟਰ ਅੱਛੇ ਹੋਣ ਪ੍ਰੋਡਕਸ਼ਨ ਹਾਊਸ ਵਧੀਆ ਹੋਵੇ ਅਤੇ ਸਟਾਰਕਾਸਟ ਅੱਛੀ ਹੋਵੇ ਸੋ ਇਹ ਸਾਰੀਆਂ ਕੰਡੀਸ਼ਨਸ ਨੂੰ ਫੁਲਫਿਲ ਕੀਤਾ ਅਤੇ ਹੁਣ ਲੱਗ ਰਿਹਾ ਮੇਰੀ ਵੇਟ ਬਿਲਕੁਲ ਵਰਥਫੁੱਲ ਰਹੀ ਅਤੇ ਇਹ ਕੌਨਸੈਪਟ ਬੜਾ ਦਿਲ ਲੱਗਿਆ ਮੇਰੇ ਜੋ ਸੀਗਾ ਉਹ ਬਹੁਤ ਦਿਲ ਲੱਗਿਆ ਸੋ ਮੈਨੂੰ ਲੱਗਦਾ ਸੀ ਕਿ ਹੁਣ ਕੰਟੈਂਟ ਬੇਸਡ ਫਿਲਮਸ ਨੂੰ ਭਰਵਾਂ ਹੁੰਗਾਰਾ ਦੇਣਾ ਸ਼ੁਰੂ ਕੀਤਾ ਪੰਜਾਬੀ ਆਡੀਅੰਸ ਨੇ ਸੋ ਇਹ ਸਬਜੈਕਟ ਨੂੰ ਵੀ ਬਹੁਤ ਜ਼ਿਆਦਾ ਪਸੰਦ ਕਰਨਗੇ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੁੱਪ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕੁਰ ਉਮੀਦ ਕਰਦੀ ਹਾਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਫਿਲਮ ਚਿੜੀਆ ਦਾ ਚੰਬਾ ਦੇ ਟ੍ਰੇਲਰ ਲਾਂਚ 'ਤੇ ਪਹੁੰਚੇ ਸੀ ਅਤੇ ਸ਼ਿਵਜੋਤ ਮੂਵੀ ਤੋਂ ਡੈਬਿਊ ਕਰਨ ਜਾ ਰਹੇ ਆ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਾਰੀ ਆਡੀਅੰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਬਹੁਤ ਵਧੀਆ ਜੀ ਚੜ੍ਹਦੀ ਕਲਾ ਤੁਸੀਂ ਠੀਕ ਹੋ ਬਹੁਤ ਵਧੀਆ ਕੰਗਰੈਚੁਲੇਸ਼ਨ ਫਾਈਨਲੀ ਤੁਹਾਡਾ ਸੁਪਨਾ ਪੂਰਾ ਹੋ ਰਿਹਾ ਅਤੇ ਤੁਹਾਡੇ ਫੈਨਸ ਦਾ ਵੀ ਜਿਹੜੇ ਤੁਹਾਨੂੰ ਐਜ਼ ਅ ਹੀਰੋ ਮੂਵੀ ਦੇ ਵਿੱਚ ਦੇਖਣਾ ਚਾਹੁੰਦੇ ਸੀ ਜੀ 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 ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਪਰਮਾਤਮਾ ਦਾ ਅਤੇ ਸਾਰੇ ਫੈਨਸ ਦਾ ਜਿਨ੍ਹਾਂ ਨੇ ਸਪੋਰਟ ਕੀਤੀ ਅਤੇ ਮੈਨੂੰ ਐਜ਼ ਅ ਹੀਰੋ ਦੇਖਣਾ ਚਾਹਿਆ ਜੀ ਗਾਣਿਆਂ ਨੂੰ ਤਾਂ ਬਹੁਤ ਪਸੰਦ ਕੀਤਾ ਹੁਣ ਟ੍ਰੇਲਰ ਆ ਗਿਆ ਆਈ ਐਮ ਸ਼ੋਰ ਜਿੰਨਾ ਗਾਣਿਆਂ 'ਚ ਤੁਹਾਨੂੰ ਪਸੰਦ ਕੀਤਾ ਜਾਂਦਾ ਉਸ ਤੋਂ ਬਾਅਦ ਤੁਹਾਡੀ ਐਕਟਿੰਗ ਨੂੰ ਵੀ ਓਨਾ ਹੀ ਸਰਾਇਆ ਜਾਏਗਾ ਓਨਾ ਹੀ ਪਸੰਦ ਕੀਤਾ ਜਾਏਗਾ ਬਹੁਤ ਡਿਫਰੈਂਟ ਕੌਨਸੈਪਟ ਹੈ ਹੁਣ ਆਪਣੀ ਪੰਜਾਬੀ ਜਿਹੜੀ ਆਡੀਅੰਸ ਹੈ ਅਤੇ ਪੰਜਾਬੀ ਸਿਨੇਮਾ ਉਹ ਦੋਨੋਂ ਹੀ ਬਦਲਦਾ ਜਾ ਰਿਹਾ ਹੈ ਨਾ ਕੋਈ ਮਤਲਬ ਮੇਲ ਐਕਟਰ ਜਾਂ ਫੀਮੇਲ ਐਕਟਰ ਨਹੀਂ ਰਹਿ ਗਿਆ ਉਹ ਇੱਕ ਜਿਹਨੂੰ ਜਿਹੜਾ ਕਰੈਕਟਰ ਮਿਲਦਾ ਨਾ ਉਹ ਇੰਨਾ ਕੁ ਜ਼ਿਆਦਾ ਪਾਵਰਫੁੱਲ ਹੁੰਦਾ ਕਿ ਉਹਦੇ ਲਈ ਹੀ ਜਿੱਦਾਂ ਬਣਿਆ ਉਹੀ ਹੈ ਅਤੇ ਤੁਸੀਂ ਇੰਨਾ ਲੰਬਾ ਇੰਤਜ਼ਾਰ ਕਰਾਇਆ ਆਪਣੀ ਆਡੀਅੰਸ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹੂੰਗੀ ਕਿਉਂਕਿ ਇੰਨੇ ਟਾਈਮ ਬਾਅਦ ਅਤੇ ਇੱਕ ਵੂਮੈਨ ਓਰੀਐਂਟਿਡ ਮੂਵੀ ਚੁਣੀ ਤੁਸੀਂ ਇੰਨਾ ਸਟਰੋਂਗ ਕੋਨਸੈਪਟ ਚੁਣਿਆ ਇੰਡਸਟਰੀ ਦੇ ਵਿੱਚ ਡੈਬਿਊ ਕਰਨ ਦੇ ਲਈ ਮੇਰੀਆਂ ਕੁਛ ਇਹੀ ਸ਼ਰਤਾਂ ਸੀ ਕਿ ਡਾਇਰੈਕਟਰ ਅੱਛੇ ਹੋਣ ਪ੍ਰੋਡਕਸ਼ਨ ਹਾਊਸ ਵਧੀਆ ਹੋਵੇ ਅਤੇ ਸਟਾਰਕਾਸਟ ਅੱਛੀ ਹੋਵੇ ਸੋ ਇਹ ਸਾਰੀਆਂ ਕੰਡੀਸ਼ਨਸ ਨੂੰ ਫੁਲਫਿਲ ਕੀਤਾ ਅਤੇ ਹੁਣ ਲੱਗ ਰਿਹਾ ਮੇਰੀ ਵੇਟ ਬਿਲਕੁਲ ਵਰਥਫੁੱਲ ਰਹੀ ਅਤੇ ਇਹ ਕੌਨਸੈਪਟ ਬੜਾ ਦਿਲ ਲੱਗਿਆ ਮੇਰੇ ਜੋ ਸੀਗਾ ਉਹ ਬਹੁਤ ਦਿਲ ਲੱਗਿਆ ਸੋ ਮੈਨੂੰ ਲੱਗਦਾ ਸੀ ਕਿ ਹੁਣ ਕੰਟੈਂਟ ਬੇਸਡ ਫਿਲਮਸ ਨੂੰ ਭਰਵਾਂ ਹੁੰਗਾਰਾ ਦੇਣਾ ਸ਼ੁਰੂ ਕੀਤਾ ਪੰਜਾਬੀ ਆਡੀਅੰਸ ਨੇ ਸੋ ਇਹ ਸਬਜੈਕਟ ਨੂੰ ਵੀ ਬਹੁਤ ਜ਼ਿਆਦਾ ਪਸੰਦ ਕਰਨਗੇ ਜੀ ਜੀ ਅਮਾਇਰਾ ਮੂਵੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਐਕਟਰ ਐਕਟਰੈਸਿਸ ਹੈਗੀਆਂ ਮਤਲਬ ਉਹਨਾਂ ਦੀ ਕੁੜੀਆਂ ਦੀ ਜ਼ਿੰਦਗੀ ਨੂੰ ਦਿਖਾਇਆ ਗਿਆ ਆਜ਼ਾਦੀ ਨੂੰ ਰਿਪ੍ਰਜੈਂਟ ਕੀਤਾ ਗਿਆ ਲੇਕਿਨ ਜਿਹੜੀ ਅੱਜ ਕੱਲ੍ਹ ਦੀ ਜਨਰੇਸ਼ਨ ਅੱਜ ਕੱਲ੍ਹ ਦੀ ਵੂਮੈਨਸ ਹੈ ਉਹਨਾਂ ਦੇ ਬਾਰੇ ਤੁਹਾਡੀ ਕੀ ਥਿੰਕਿੰਗ ਹੈ ਕਿ ਉਹ ਜ਼ਮਾਨਾ ਗਿਆ ਹੁਣ ਜਦੋਂ ਬਰਾਬਰੀ ਨਹੀਂ ਦਿੱਤੀ ਜਾਂਦੀ ਸੀ ਜਾਂ ਬਰਾਬਰੀ ਦੇ ਇਕੁਐਲਿਟੀ ਦਾ ਮੀਨਿੰਗ ਕੀ ਹੈ ਤੁਹਾਡੇ ਨਜ਼ਰੀਏ ਦੇ ਤੌਰ 'ਤੇ ਇਕੁਐਲਿਟੀ ਦਾ ਮੀਨਿੰਗ ਤਾਂ ਇਹੀ ਹੈ ਕਿ ਪਹਿਲੀ ਗੱਲ ਆਪਾਂ ਕਿਸੇ ਨੂੰ ਮਜਬੂਰ ਨਾ ਕਰੀਏ ਕੋਈ ਡਿਸੀਜ਼ਨ ਲੈਣ 'ਤੇ ਸੋ ਬਾਉਂਡੇਸ਼ਨ ਨਾ ਲਾਈਏ ਉਹਨਾਂ ਦੀ ਪਰਸਨਲ ਲਾਈਫ 'ਤੇ ਕਿ ਨਹੀਂ ਇੱਦਾਂ ਹੀ ਜਿਉਣਾ
यही नॉर्म्स ने। सो सब की अपनी अपनी जिंदगी है, अपनी अपनी जिंदगी अपने अपने ढंग नाल जीण दा सब नू हक है। सो ये परमात्मा वालों दिता गया जी आप कौन होंने इतने बाउंडेशन लाने वाले। सो इक्वैलिटी यही है कि सब नू जीण की आज़ादी होवे, आपदे लाइफ स्टाइल जिदा का वो जीना चाहते हैं। सो किसी से कोई बाउंडेशन ना हो, ना ही कुड़ियों वालों मुंडिया से, ना ही मुंडिया वालों कुड़ियों से। जी बिल्कुल, मतलब तुहानू लगता अज भी कई पिंड शहरों के इदा होंगे कि आपके बच्चों के कई लोग बहुत रोक टोक लाते लेकिन दूजिया बारे बहुत गल्लां करते हैं, कुड़ियां होन चाहे मुंडे होन, मतलब ये किसी जेंडर की गल नहीं है, इक्वैलिटी की गल है, आज़ादी की गल है। हाँ जी, सर का वख वख तरह के नेचर ने। सो जरूर इदा का भी देखने मिलता पिंड भी शहर के भी, तो ओबियसली यह चीज़ सी दुनिया से, ता ही गुरु साहब ने अपन फलसफे दे के दसिया कि विमेन की जिहड़ी हैगी है तवज्जो वो बराबर दी होनी चाहिए है। सो दसना पिया क्योंकि नहीं सी, लेकिन हुण का इस पक्ष तो समाज के काफ़ी सुधार होया। सो हुण तो कोई यह जी गल रही नहीं, जे रही भी हैगी है तो चीज़ा अवेयरनैस नाल दूर होंदिया जा रही ने। जी गाने दे विच एक्ट करना तो फिल्मों दे विच काम करना जमीन आसमान का फर्क होंदा है ना, गाने तो तुहानू याद होंदे उहदे अकॉर्डिंग तुसीं एक्ट कर लैंदे हो, लेकिन जदों फर्स्ट शूट सीगा की प्रॉब्लम्स आईयां, किन्ना क डर लगा, किन्नी क नर्वसनैस सीगी? नर्वसनैस जरूर सी कि होंदा ही है, क्योंकि पहला मतलब जे थोड़ा प्रोजेक्ट है। सो वो नर्वसनैस ने तैयारी करवाती कि मैं पूरी तैयारी करके इस शूट पर पहुँचा, डायरेक्टर सर नाल सेटिंग्स लगियां, साड़ियाँ वर्कशॉप्स लगियां, तो उस चीज़ ने नर्वसनैस नू जरूर घट किया, बट स्टिल एक सी कि जो घट देखांगे उदो पता लगेगा, कमियां रह जांदियां ने। पहला प्रोजेक्ट है, आपां इस चीज़ के मास्टर नहीं होंदे, पर पता नहीं मेरे गाने स्टोरी बेस्ड होंदे ने ज़्यादा। सो मैनू उन्ना दिन रात वाला फर्क भी नहीं लग्या कि यह बहुत ही आउट ऑफ फील्ड है जां इन्ना मेरे लिए डिफिकल्ट है कि मैं ये कर नहीं सकता सी, मैनू बड़ी मेहनत करके तो इदा करना पिया। सो इदा का कुछ नहीं लग्या, मैनू बड़ा समूद लग्या कि हाँ जी डिफरेंट है, बट जिहड़ी वो नर्वसनैस सी, वो नर्वसनैस ही सी बस, प्रैक्टिकली उदा कुछ नहीं लग्या, डर नहीं लग्या, नहीं नहीं। सो ये सारी मेरा ख्याल डायरेक्टर सर की सपोर्ट है कि उन्होंने मेरे तो ये करवा लिया। मूवी दे विच तुहाडा कोई फेवरेट डायलॉग है पर्सनली जिहड़ा तुहाडा भी फेवरेट होवे? मूवी दे विच फेवरेट डायलॉग जिहड़ा सीगा वो ट्रेलर च आ गया जी, एक बारी हो जाए ओके, हर मिट्टी दी अपनी खसलत, हर मिट्टी कुट्टिया नहीं भुरदी। वाह वेरी नाइस, ता ही लोग तुहानू इन्ना प्यार करदे क्योंकि तुसी हर अपना जिहड़ा भी काम करदे हो इन्नी इमानदारी दे नाल ते इन्ने सोहणे तरीके दे नाल अग्गे रिप्रेजेंट करदे हो कि ऑडियंस फैन हो ही जांदी है फिर तो तुहाडी। अच्छा, इस करैक्टर दे नाल खुद नू किन्ना क ज़्यादा रिजेंबल करदे हो, शिवजोत एक्चुअल दे विच किन्ने क इस करैक्टर दे नाल मिलदे ने? नेचर वाइज मैं करदा कि शायद जे मेरी जिंदगी दे विच ओह कंडीशनस आउंदियां तां मैं भी ओही डिसीजन लैंदा जो उस करैक्टर ने लए, भावें उहने कुछ स्टेक ते भी लाया ते ओ चीज़ रिलेट करता। जी जी, तो आज़ादी की डेफिनेशन की है शिवजोत दे लिए, वन वर्ड? मन जीते जग जीत। ते चांदे अंदर दो लाइना हो जन। हाँ जी, दसो केड़ा सॉन्ग तुसी सुनना चाहोगे? मूवी अगर ताड़ा कोई सॉन्ग है मूवी वाला हजे रिवील नहीं कर सकते। कोई भी सुना दो, ताड़े सारे गाने वधिया। थैंक यू मैम। ओ ले दे मैनू सोहणिया शरारा वे लगता है मैनू बड़ा प्यारा, ले दे मैनू सोहणिया शरारा। वेरी नाइस, थैंक यू सो मच, एंड आई होप ये मूवी ताड़ी सुपर डुपर हिट जाए, तो असीं आने वाले होर भी बहुत सारे फिल्मों के तुहानूं देखीए। थैंक यू सो मच मैम, थैंक्स सारी ऑडियंस का, तुसीं सारे जने जरूर सपोर्ट करो।